तस्वीर बड़ी वधिया लग रही है। बड़े चिरां तों चर्चावां चल रहियां सी कि अकाली दल भी खिलर चुका आ, बसपा भी देखी आ, बलालो साहब होर बहुत वड्डे चेहरे अज मैं भी देख रहा। ये रातां नूं कट्ठे खाणा खांदे ने, कट्ठे करदे ने, लोकां सामणे इदां लगदा जिद्दां खरबूजा ने। इह संगतरा नहीं है कि बाहरों एक ते अंदरों फाड़ियां, इह तां खरबूजा ने। बाहरों देखण नूं इदां लगदा लेकिन अंदरों एक ने। ਉਹ ਛਤਰੀ ਨੂੰ ਵਿਚਾਰਾ ਕੇਜਰੀਵਾਲ ਫੜ ਕੇ ਏਦਾਂ ਆਓ ਆਓ ਆਓ, ਆਹ ਫਗਵਾੜੇ ਤੋਂ ਕਾਂਗਰਸ ਦਾ ਕਬੂਤਰ ਚੱਕ ਲਿਆ ਜਗਿੰਦਰ ਸਿੰਘ ਮਾਨ, ਆਹ ਬੰਗਿਆਂ ਤੋਂ ਅਕਾਲੀਆਂ ਦਾ ਕਬੂਤਰ ਚੱਕ ਲਿਆ, ਸਰਹਾਲ ਸਰਹਾਲ ਕਰਕੇ ਆ। ਉਹ ਸਰਹਾਲ ਹੈ ਕਿ ਸਾਪਾ ਮੈਨੂੰ ਪਤਾ ਨਹੀਂ। ਇਹ ਸਭ ਤੋਂ ਪੁਰਾਣੇ ਜਿਹੜੇ ਕੈਬਨਿਟ ਇੱਥੋਂ ਪੋਲੀਟੀਸ਼ੀਅਨਰ ਨੇ ਉਹ ਮਾਨਯੋਗ ਸੈਂਪਲਾ ਸਾਹਿਬ ਨੇ। ਉਹ ਵੀ ਵਿਚਾਰਾ ਟੱਕਰਾਂ ਹੀ ਮਾਰ ਰਿਹਾ ਆਲੇ ਦੁਆਲੇ। ਕਦੇ ਇਹ ਤਾਂ ਬਾਬੂ ਸ਼ੋਮ ਪ੍ਰਕਾਸ਼ ਜੀ ਚੰਗੇ ਆ ਜਿਹੜੇ ਵਿਚਾਰੇ ਦਿਨ ਰਾਤ ਉਹਨਾਂ ਦੇ ਨਾਲ ਲੱਗੇ ਹੋਏ ਆ। और तीसरे पॉलिटिशनर ने बलविंदर सिंह धारीवाल जी, वह तो बेचारा बोलता ही कख नहीं है, इदा करके खड़ जाता है, समझ नहीं आती सोचता क्या आ, पता नहीं तो यह सोचता रहा कि कल्ली बह के सोची नहीं मैं की नहीं किया तेरे लिए। राणा गुरजीत सिंह कहिंदा वी 5-7 तां मैं टिकटां उलझा देणियां, कांग्रेस दे उड़ा देणियां, सिद्धा आउट कोर्ट कहिंदे आ। वी कहिंदे देखो राणा गुरजीत वड्डी पग वाला खड़ी मुछ वाला नारा दिंदा। ਪਿੰਡਾਂ ਦੇ ਵਿੱਚ ਤੁਸੀਂ ਜਾਂਦੇ ਹੋ, ਬੜੀਆਂ ਬਹੀਰਾਂ ਘੱਤਦੇ ਹੋ, ਇਹ ਵੀ ਵਿਰੋਧੀ ਕਹਿ ਰਹੇ ਆ ਵੀ ਜਿਹੜੇ ਅਕਾਲੀ ਦਲ ਆ ਤੱਕੜੀ ਵਾਲੇ ਆ ਉਹਨਾਂ ਦਾ ਹੱਥ ਹਾਥੀ ਤੇ ਨਹੀਂ ਜਾਣਾ। ਪਿਛਲੀ ਵਾਰੀ 96 ਵਿੱਚ ਹੋਇਆ ਸੀ ਤਾਂ ਉਦੋਂ 23 ਬੂਥਾਂ ਦੇ ਵਿੱਚ ਹੋਰ ਕੋਈ ਕੈਂਪੇ ਨਹੀਂ ਸੀ ਲੱਗਾ। ਭਗਵੰਤ ਮਾਨ ਬਾਰੇ ਹਰਿੰਦਰ ਸਿੰਘ ਖਾਲਸਾ ਇਹਨਾਂ ਦੇ ਨਾਲ ਦਾ ਮੈਂਬਰ ਪਾਰਲੀਮੈਂਟ ਸਪੀਕਰ ਨੂੰ ਚਿੱਠੀ ਪਾਉਂਦਾ ਹੁੰਦਾ ਸੀ ਕਿ ਸਪੀਕਰ ਸਾਹਿਬ ਇਹ ਭਗਵੰਤ ਮਾਨ ਦੀ ਕੁਰਸੀ ਮੇਰੇ ਕੋਲੋਂ ਚੱਕ ਲਓ। ਇਹ ਦਿਨੇ ਹੀ ਸੰਗਤਰਾ ਪੀ ਕੇ ਆ ਜਾਂਦਾ, ਇਹ ਦਿਨੇ ਰਸ ਭਰੀ ਪੀ ਕੇ ਆ ਜਾਂਦਾ, ਹਵਾੜਾ ਮਾਰਦਾ ਆ। ਸ਼ਹਿਰਾ ਜੀ ਬਹੁਤ ਉਤਸ਼ਾਹ ਵਾ, ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ, ਨੌਜਵਾਨ ਆਪ ਫੋਨ ਕਰ ਰਹੇ ਸਾਨੂੰ। ਕਾਂਗਰਸ ਦਾ ਹਾਲ ਜੋ ਫਗਵਾੜੇ ਚ ਹੈ, ਕਾਂਗਰਸ ਤਾਂ ਅੱਜ ਸੰਗਤਰਾ ਬਣੀ ਹੋਈ ਹੈ, ਉੱਪਰੋਂ ਦੇਖਣ ਨੂੰ ਜੱਫੀਆਂ ਪਾਉਂਦੇ ਨੇ। ਸਾਡੇ ਵਾਲਾ ਵਿਚਾਰਾ MLA ਸਾਹਿਬ ਵੀ ਐਂ ਕਰਕੇ ਖੜ ਜਾਂਦਾ ਆ, ਉਹਨਾਂ ਹੱਸਦਾ ਆ ਨਾ ਬੋਲਦਾ ਆ। ਜਿਹੜੇ ਲੋਕਾਂ ਨੂੰ ਵਹਿਮ ਆ ਨਾ ਅੱਜ ਵੀ, ਉਹਨਾਂ ਨੂੰ ਪਿਛਲੇ ਇਤਿਹਾਸ ਦੇ ਯਾਦ ਮਾਲਣ ਚਾਹੀਦੀ ਆ। ਹੁਣ ਰਾਹੁਲ ਗਾਂਧੀ ਜੀ ਨੇ 1.5 ਘੰਟਾ ਮੀਟਿੰਗ ਕੀਤੀ, ਸਿੱਧੂ ਨੂੰ ਕਈ ਕੁਛ ਕਿਹਾ ਵੀ ਚੱਲ ਮੈਂ ਤੇਰਾ ਪੱਪੂ ਹੀ ਸਹੀ, ਤੂੰ ਮੈਨੂੰ ਪੱਪੂ ਹੀ ਕਹਿ ਲਿਆ ਕਰ, ਤੂੰ ਮੰਨ ਜਾ, ਤੂੰ ਮੰਨ ਜਾ। ਉਹ ਵਿਚਾਰਾ 2 ਘੰਟੇ ਹੀ ਮੰਨਿਆ ਹੈ, ਉਹ ਫਿਰ ਚੰਨੀ ਦਾ ਵਿਰੋਧ ਕਰਨ ਲੱਗ ਪਿਆ। ਜਿਹੜਾ ਇਹਨਾਂ ਪੋਲੀਟੀਸ਼ੀਅਨਾਂ ਨੇ ਦੋਸ਼ ਕੀਤਾ, ਚਾਹੇ ਉਹ ਜਗਿੰਦਰ ਸਿੰਘ ਮਾਨ ਜੀ ਆ, ਚਾਹੇ ਉਹ ਸੈਂਪਲਾ ਜੀ ਆ, ਚਾਹੇ ਉਹ ਧਾਰੀਵਾਲ ਜੀ ਆ, ਮੈਂ ਤਾਂ ਇਹਨਾਂ ਦੀ ਕੀਤੀ ਗਲਤੀ ਦੀ ਵੀ ਲੋਕਾਂ ਕੋਲੋਂ ਮਾਫ਼ੀ ਮੰਗਦਾ ਕਿ ਇਹਨਾਂ ਨੂੰ ਮਾਫ਼ ਕਰ ਦਿਓ, ਇਹਨਾਂ ਨੂੰ ਸਰਾਪ ਨਾ ਦੇ ਦਿਓ ਪੂਰੀ ਤਰ੍ਹਾਂ ਹਾਰਨ ਦਾ। ਚੋਣ ਪ੍ਰਚਾਰ ਸਿਖਰਾਂ ਚੱਲ ਰਿਹਾ। ਜੇਕਰ ਆਪਾਂ ਹਲਕਾ ਫਗੋੜਾ ਦੀ ਗੱਲ ਕਰੀਏ ਤਾਂ ਬਸਪਾ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਆਪਣੇ ਪ੍ਰਚਾਰ ਕੀਤੇ ਜਾ ਰਹੇ ਆ, ਤੇ ਅੱਜ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਕੱਟ ਕੀਤੇ ਜਾ ਰਹੇ ਆ, ਤੇ ਇੱਕ ਵੱਡਾ ਲੋਕਾਂ ਤੋਂ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਆ। ਤੇ ਗੜੀ ਸਾਹਿਬ ਦਾ ਭਾਸ਼ਣ ਆ, ਉਸ ਭਾਸ਼ਣ ਨੂੰ ਲੋਕੀ ਸੁਣ ਵੀ ਰਹੇ ਆ, ਸਵੀਕਾਰ ਵੀ ਕਰ ਰਹੇ ਆ, ਤੇ ਉਹ ਵਾਅਦਾ ਵੀ ਕਰ ਰਹੇ ਆ ਵੀ ਹਾਂ ਅਸੀਂ ਸਪੋਰਟ ਕਰਾਂਗੇ। ਗੜੀ ਸਾਹਿਬ ਸਵੇਰ ਤੋਂ ਸ਼ਾਮ ਤੱਕ ਪਿੰਡਾਂ ਵਿੱਚ ਲੱਗੇ ਹੋ, ਲੋਕਾਂ ਦਾ ਬੜਾ ਇਕੱਠ ਦਿਸ ਰਿਹਾ ਆ, ਦਿਨ ਸਿਰਫ 5-7 ਦੀ ਖੇਡ ਰਹਿ ਗਈ ਆ, ਕਿੱਦਾਂ ਦਾ ਨਤੀਜਾ ਲੱਗਦਾ? ਮਜ਼ਾ ਆ ਰਿਹਾ, ਮਜ਼ਾ ਆ ਰਿਹਾ। ਬਸ ਇੱਕੋ ਹੀ ਗੱਲ ਦਾ ਅਫਸੋਸ ਵਾ ਕਿ ਮੇਰੀ ਵਿਰੋਧੀ ਪਾਰਟੀਆਂ ਨਾ ਕਿਤੇ ਕਾਂਗਰਸ ਦਿਖ ਰਹੀ ਆ, ਨਾ ਕਿਤੇ ਹੋਰ ਕੋਈ ਪਾਰਟੀਆਂ ਦਿਖ ਰਹੀਆਂ ਆ, ਬਸ ਇੱਕੋ ਗੱਲ ਤੋਂ ਮਜ਼ਾ ਨਹੀਂ ਆ ਰਿਹਾ। ਬਾਕੀ ਮਜ਼ਾ ਇਹ ਆ ਰਿਹਾ ਕਿ ਫਗਵਾੜੇ ਦੇ ਸਮੂਹ ਜਨ, ਸਾਰੀਆਂ ਜਾਤਾਂ, ਸਾਰੇ ਧਰਮਾਂ ਦੇ ਲੋਕ, ਚਾਹੇ ਉਹ ਪਿੰਡਾਂ ਦੇ ਆ, ਚਾਹੇ ਸ਼ਹਿਰ ਦੇ ਆ, ਆ ਸ਼ਹਿਰ ਦੀ ਹੋਈ 5ਵੀਂ ਮੀਟਿੰਗ ਆ 4 ਵਜੇ ਤੋਂ ਬਾਅਦ ਦੀ, ਰੋਜ਼ ਸ਼ਹਿਰ ਦੀਆਂ 4 ਮੀਟਿੰਗਾਂ ਔਸਤ ਜਿਹੜੀਆਂ ਹੋ ਰਹੀਆਂ, ਪਿੰਡਾਂ ਦੀਆਂ ਰੋਜ਼ 8 ਮੀਟਿੰਗਾਂ ਔਸਤ ਹੋ ਰਹੀਆਂ। ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਨੇ ਇਹ ਪਿਆਰ ਦੀਆਂ ਪੰਡਾਂ ਕਿੱਥੇ ਸਾਂਭ ਕੇ ਰੱਖੀਆਂ ਸੀ, ਔਰ ਸਾਰੀਆਂ ਹੀ ਪਿਆਰ ਦੀਆਂ ਪੰਡਾਂ, ਆਸ਼ੀਰਵਾਦ ਦੀਆਂ ਪੰਡਾਂ ਅੱਜ ਗੜੀ ਵਰਗੇ ਨਿਮਾਣੇ ਜਿਹੇ ਵਰਕਰ ਦੇ ਸਿਰ 'ਤੇ, ਗਰੀਬ ਜਿਹੇ ਬੰਦੇ ਦੇ ਸਿਰ 'ਤੇ ਉਲਾਰ ਦਿੱਤੀਆਂ। ਮੈਂ ਫਗਵਾੜੇ ਦੇ ਸਮੁੱਚੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ। ਕਾਂਗਰਸ ਪਾਰਟੀ, ਭਾਜਪਾ, ਝਾੜੂ, ਉਹ ਸਾਰੇ ਕਹਿੰਦੇ ਆ ਵੀ ਸਾਡੀ ਪੱਕ ਜਾਵਾ ਚੱਲ ਰਹੀ ਆ, ਵੀ ਅਸੀਂ ਤਾਂ ਨਤੀਜੇ ਪਲਟ ਦੇਵਾਂਗੇ ਐਤਕੀ। ਬਿਲਕੁਲ, ਸੁਪਨੇ ਲੈਣ ਦਾ ਸਾਰਿਆਂ ਨੂੰ ਹੱਕ ਹੈਗਾ ਆ, ਗੜੀ ਨੂੰ ਵੀ ਹੱਕ ਹੈ, ਉਹਨਾਂ ਨੂੰ ਵੀ ਹੱਕ ਹੈ, ਪਰ ਜਿਹੜਾ ਕੰਧ 'ਤੇ ਲਿਖਿਆ ਆ ਉਹ ਫਗਵਾੜੇ ਦੇ ਲੋਕ ਪੜ੍ਹ ਰਹੇ ਆ, ਔਰ ਉਹ ਪੜ੍ਹਿਆ ਹੋਇਆ ਕੰਧ 'ਤੇ ਲਿਖਿਆ ਉਹ ਮੇਰੇ ਵੀ ਕੰਨਾਂ 'ਚ ਪਾ ਰਹੇ ਆ, ਔਰ ਵਿਰੋਧੀ ਪਾਰਟੀਆਂ ਦੇ ਵੀ ਪੈ ਰਿਹਾ, ਤਾਂ ਦਿਲ ਬਹਿਲਾਣੇ ਕੇ ਲੀਏ ਖਿਆਲ ਅੱਛਾ ਹੈ। ਇਸ ਵੇਲੇ ਸਾਰੀਆਂ ਪਾਰਟੀਆਂ ਦਾ ਮੁੱਦਾ ਇੱਕ ਬਣਿਆ ਵੀ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਆ, ਕੀ ਲੱਗਦਾ ਵੀ ਜਿਹੜਾ ਪਹਿਲਾਂ ਹਜੇ ਤੱਕ ਤਾਂ ਜ਼ਿਲ੍ਹਾ ਨਹੀਂ ਬਣਿਆ ਵੀ ਹੁਣ ਆਉਣ ਤੱਕ ਜਿਹੜੇ ਹੁਣ ਮੁੱਦੇ ਚੱਕ ਰਿਹਾ ਠੀਕ ਆ? ਦੇਖੋ ਮਾਨਯੋਗ ਸਰਦਾਰ ਜਗਿੰਦਰ ਸਿੰਘ ਮਾਨ ਜੀ ਸਭ ਤੋਂ ਪੁਰਾਣੇ ਇੱਥੋਂ ਦੇ ਪੋਲੀਟੀਸ਼ਨਰ ਹੈ,
ਪੁਰਾਣੇ ਵੀ ਆ ਔਰ ਬੋਧੇ ਵੀ ਹੋ ਗਏ ਆ ਔਰ ਬੋਧੇ ਹੋ ਕੇ 35 ਸਾਲਾਂ 'ਚ ਤਾਂ ਉਹਨਾਂ ਨੇ ਕਦੇ ਬੋਲਿਆ ਨਹੀਂ ਜਦੋਂ ਕੈਬਨਿਟ ਮੰਤਰੀ ਰਹੇ ਉਦੋਂ ਨਾ ਬੋਲੇ ਔਰ ਦੂਸਰੇ ਸਭ ਤੋਂ ਪੁਰਾਣੇ ਜਿਹੜੇ ਕੈਬਨਿਟ ਇੱਥੋਂ ਪੋਲੀਟੀਸ਼ਨਰ ਨੇ ਉਹ ਮਾਨਯੋਗ ਸੈਂਪਲਾ ਸਾਹਿਬ ਨੇ ਇੱਥੋਂ ਉਹ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਵੀ ਬਣੇ ਇੱਥੇ ਉਹ ਕੇਂਦਰੀ ਮੰਤਰੀ ਵੀ ਬਣੇ ਉਦੋਂ ਉਹ ਹਕੂਮਤ ਦਾ ਵੀ ਪਾਰਟ ਸੀਗੇ ਇੱਥੇ ਸੂਬੇ ਦੀ ਦਾ ਅਤੇ ਉਹ ਵੀ ਵਿਚਾਰਾ ਟੱਕਰਾਂ ਹੀ ਮਾਰ ਰਿਹਾ ਆਲੇ ਦੁਆਲੇ ਕਦੇ ਕਿਸੇ ਦੀਆਂ ਮਿਹਨਤਾਂ ਕਰਦਾ ਕਦੇ ਕਿਸੇ ਦੀਆਂ ਮਿਹਨਤਾਂ ਕਰਦਾ ਇਹ ਤਾਂ ਬਾਬੂ ਸ਼ੋਮ ਪ੍ਰਕਾਸ਼ ਜੀ ਚੰਗੇ ਆ ਜਿਹੜੇ ਵਿਚਾਰੇ ਦਿਨ ਰਾਤ ਉਹਨਾਂ ਦੇ ਨਾਲ ਲੱਗੇ ਹੋਏ ਆ ਔਰ ਤੀਸਰੇ ਪੋਲੀਟੀਸ਼ਨਰ ਨੇ ਬਲਵਿੰਦਰ ਸਿੰਘ ਧਾਰੀਵਾਲ ਜੀ ਉਹ ਤਾਂ ਵਿਚਾਰਾ ਬੋਲਦਾ ਹੀ ਕੱਖ ਨਹੀਂ ਹੈਗਾ ਇੱਦਾਂ ਕਰਕੇ ਖੜ ਜਾਂਦਾ ਆ ਸਮਝ ਨਹੀਂ ਆਉਂਦੀ ਸੋਚਦਾ ਕਿਆ ਆ ਪਤਾ ਨਹੀਂ ਤਾਂ ਇਹ ਸੋਚਦਾ ਰਹਿੰਦਾ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਮੈਂ ਕੀ ਨਹੀਂ ਕੀਤਾ ਤੇਰੇ ਲਈ ਅਤੇ ਸਾਰੀ ਕਾਂਗਰਸ ਖਿਲਰ ਗਈ ਆ ਉਹ ਵਿਚਾਰਾ ਸੋਚਾਂ 'ਚ ਹੀ ਮੈਨੂੰ ਲੱਗਦਾ ਐਤਕੀ ਬੁਰੀ ਤਰ੍ਹਾਂ ਨਾਲ ਹਾਰੇਗਾ ਇਸ ਕਰਕੇ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਬਸਪਾ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਥੱਲੇ ਮੈਂ ਬੜਾ ਛੋਟਾ ਜਿਹਾ ਬੰਦਾ ਹਾਂ ਜੀ ਬੜਾ ਗਰੀਬ ਜਿਹਾ ਬੰਦਾ ਹਾਂ ਪਰ ਮੈਂ ਫਗਵਾੜੇ ਦੇ ਲੋਕਾਂ ਦੀ ਇਸ ਦਰਦ ਨੂੰ ਤਕਲੀਫ ਨੂੰ ਪਛਾਣਿਆ ਹਾਂ ਗੀਤ ਸੁਣਦੇ ਹੁੰਦੇ ਸੀ ਨਹੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਲੁਧਿਆਣੇ ਦੀਆਂ ਬੱਸਾਂ ਤਾਂ 5 ਮਿੰਟ 'ਚ 5 ਆ ਜਾਂਦੀਆਂ ਫਗਵਾੜੇ ਲੇਕਿਨ ਜਿਹੜਾ ਜ਼ਿਲ੍ਹਾ ਆ ਉਸ ਕਪੂਰਥਲੇ ਦੀ ਇੱਕ ਵੀ ਬੱਸ ਨਹੀਂ ਆਉਂਦੀ ਪਹਿਲਾਂ ਰਿਕਸ਼ਾ ਕਰਾ ਕੇ ਬੱਸ ਅੱਡੇ ਜਾਓ ਫਿਰ ਬੱਸ ਅੱਡਿਓ ਜਲੰਧਰ ਜਾਓ ਫਿਰ ਜਲੰਧਰੋਂ ਬੱਸ ਫੜੋ ਕਪੂਰਥਲੇ ਜਾਓ ਫਿਰ ਕਪੂਰਥਲੇ ਰਿਕਸ਼ਾ ਆਟੋ ਫੜ ਕੇ ਆਲੇ ਦੁਆਲੇ ਦਫ਼ਤਰਾਂ 'ਚ ਧੱਕੇ ਖਾਓ ਆਜ਼ਾਦੀ ਦੇ 74 ਸਾਲਾਂ 'ਚ ਇਹਨਾਂ ਚੁਣੇ ਗਏ ਨੁਮਾਇੰਦਿਆਂ ਨੇ ਜਿਨ੍ਹਾਂ ਦੇ ਮੈਂ ਨਾਮ ਲਏ ਆ ਇਹ ਦੋਸ਼ੀ ਨੇ ਇਸ ਗੱਲ ਲਈ ਇਹ ਦੋਸ਼ੀ ਨੇ ਇਸ ਗੱਲ ਲਈ ਮੈਂ ਤਾਂ ਪੰਜਾਬ ਦੀ ਲੋਕਾਂ ਕੋਲੋਂ ਫਗਵਾੜੇ ਦੀ ਜਨਤਾ ਕੋਲੋਂ ਜਿਹੜਾ ਇਹਨਾਂ ਪੋਲੀਟੀਸ਼ਨਾਂ ਨੇ ਦੋਸ਼ ਕੀਤਾ ਚਾਹੇ ਉਹ ਜੋਗਿੰਦਰ ਸਿੰਘ ਮਾਨ ਜੀ ਆ ਚਾਹੇ ਉਹ ਸੈਂਪਲਾ ਜੀ ਆ ਚਾਹੇ ਉਹ ਧਾਰੀਵਾਲ ਜੀ ਆ ਮੈਂ ਤਾਂ ਇਹਨਾਂ ਦੀ ਕੀਤੀ ਗਲਤੀ ਦੀ ਵੀ ਲੋਕਾਂ ਕੋਲੋਂ ਮਾਫ਼ੀ ਮੰਗਦਾ ਕਿ ਇਹਨਾਂ ਨੂੰ ਮਾਫ਼ ਕਰ ਦਿਓ ਇਹਨਾਂ ਨੂੰ ਸਰਾਪ ਨਾ ਦੇ ਦਿਓ ਬੁਰੀ ਤਰ੍ਹਾਂ ਹਾਰਨ ਦਾ ਇਹ ਸਨਮਾਨਜਨਕ ਹਾਰਨ ਜਿਹੜਾ ਜ਼ਿਲ੍ਹਾ ਬਣਾਉਣ ਦਾ ਕੰਮ ਹੈ ਉਹ ਮੈਂ ਕਰਾਂਗਾ ਗੜੀ ਸਾਹਿਬ ਆਹ ਤਸਵੀਰ ਬੜੀ ਵਧੀਆ ਲੱਗ ਰਹੀ ਆ ਬੜੇ ਚਿਰਾਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਅਕਾਲੀ ਦਲ ਵੀ ਖਿਲਰ ਚੁੱਕਾ ਆ ਬਸਪਾ ਵੀ ਦੇਖੀ ਆ ਬਰਾਲੋ ਸਾਹਿਬ ਹੋਰ ਬਹੁਤ ਵੱਡੇ ਚਿਹਰੇ ਅੱਜ ਮੈਂ ਵੀ ਦੇਖ ਰਿਹਾ ਇਹ ਵੀ ਨਾਲ ਖੜੇ ਤਸਵੀਰ ਆ ਕਹਿੰਦੇ ਸੀ ਬਸਪਾ ਵੀ 2 ਫਾੜ ਆ ਚੁੱਕੀ ਹੈ ਨਹੀਂ ਪਰ ਇਹ ਸਾਰਾ ਅੱਜ ਇੱਕ ਦਿਸ ਰਿਹਾ ਇਹ ਇਹਦਾ ਕੀ ਕਹਿਣਾ ਚਾਹੋਗੇ ਵਿਰੋਧੀਆਂ ਨੂੰ ਇਹ ਤੰਜ ਘੱਸ ਰਹੇ ਆ ਇਹ ਖਰਬੂਜਾ ਆ ਬਾਹਰੋਂ ਦੇਖਣ ਨੂੰ ਨਿਸ਼ਾਨ ਲੱਗਦੇ ਅੰਦਰੋਂ ਇੱਕ ਨੇ ਇਹ ਬੜੇ ਤੇਜ਼ ਨੇ ਲੀਡਰ ਇਹ ਇਹ ਰਾਤਾਂ ਨੂੰ ਇਕੱਠੇ ਖਾਣਾ ਖਾਂਦੇ ਨੇ ਇਕੱਠੇ ਕਰਦੇ ਨੇ ਲੋਕਾਂ ਸਾਹਮਣੇ ਇੱਦਾਂ ਲੱਗਦਾ ਜਿੱਦਾਂ ਖਰਬੂਜਾ ਨੇ ਇਹ ਸੰਗਤਰਾ ਨਹੀਂ ਆ ਕਿ ਬਾਹਰੋਂ ਇੱਕ ਅਤੇ ਅੰਦਰੋਂ ਫਾੜੀਆਂ ਇਹ ਤਾਂ ਖਰਬੂਜਾ ਨੇ ਬਾਹਰੋਂ ਦੇਖਣ ਨੂੰ ਇੱਦਾਂ ਲੱਗਦਾ ਲੇਕਿਨ ਅੰਦਰੋਂ ਇੱਕ ਨੇ ਔਰ ਖੁਸ਼ੀ ਦੀ ਗੱਲ ਇਹ ਆ ਇਹ ਸਾਡੀ ਚੋਣ ਰਣਨੀਤੀ ਦਾ ਹਿੱਸਾ ਸੀ ਕਿ ਕਾਂਗਰਸ ਔਰ ਭਾਜਪਾ ਵਾਲੇ ਆਮ ਆਦਮੀ ਪਾਰਟੀ ਵਾਲੇ ਇਸ ਗੱਲ ਤੋਂ ਖੁਸ਼ੀਆਂ ਮਨਾਈ ਜਾਣ ਇਸੇ ਗੱਲ ਤੋਂ ਭੰਗੜਾ ਪਾਈ ਜਾਣ ਗੜੀ ਪਤਾ ਨਹੀਂ ਤੋਂ ਇਕੱਲਾ ਹੀ ਲੜ ਰਿਹਾ ਅੱਜ ਮੇਰੀ ਫੇਸਬੁੱਕ ਫਗਵਾੜੇ ਦੇ ਲੋਕ ਚੈੱਕ ਕਰਨ ਵੀ ਐਡੇ ਛੋਟੇ ਜਿਹੇ ਵਰਕਰ ਦੀ ਛੋਟੇ ਜਿਹੇ ਬੰਦੇ ਦੀ ਫੇਸਬੁੱਕ ਇੱਕੋ ਹੀ ਚਰਚਾ ਚੱਲ ਰਹੀ ਚਾਰੋਂ ਔਰ ਇੱਕ ਹੀ ਸ਼ੋਰ ਹਾਥੀ ਕਾ ਜ਼ੋਰ ਹਾਥੀ ਕਾ ਜ਼ੋਰ ਲਹਿਰ ਬੜੀ ਕਰਾਰੀ ਹੈ ਹਾਥੀ ਸੱਪੇ ਬਾਰੀ ਹੈ ਅੱਜ ਤਾਂ ਹਰ ਗਲੀ 'ਚ ਨਾਰਾ ਗੂੰਜ ਰਿਹਾ ਕਿ ਜਿੱਤੂਗਾ ਵੀ ਜਿੱਤੂਗਾ ਹਾਥੀ ਵਾਲਾ ਜਿੱਤੂਗਾ ਇਹ ਸਭ ਇਹਨਾਂ ਇਹ ਜੁੜੀ ਜੂੰਟੀ ਆ ਅਕਾਲੀ ਦਲ ਪਿੰਡਾਂ ਦੇ ਵਿੱਚ ਤੁਸੀਂ ਜਾਂਦੇ ਹੋ ਬੜੀਆਂ ਬਹੀਰਾਂ ਘੱਤਦੇ ਹੋ ਇਹ ਵੀ ਵਿਰੋਧੀ ਕਹਿ ਰਹੇ ਆ ਵੀ ਜਿਹੜੇ ਅਕਾਲੀ ਦਲ ਆ ਤੱਕੜੀ ਵਾਲੇ ਆ ਉਹਨਾਂ ਦਾ ਹੱਥ ਹਾਥੀ 'ਤੇ ਨਹੀਂ ਜਾਣਾ ਇਹਦਾ ਜਵਾਬ ਦਿਓ ਤੁਸੀਂ ਕਿੱਦਾਂ ਲੱਗਦਾ ਤੁਹਾਨੂੰ ਮੈਂ ਕਹਿੰਦਾ ਜੀ ਇਹ ਤਾਂ ਉਹਨਾਂ ਨੂੰ ਵੀ ਪਤਾ ਆਪਾਂ ਸੱਚ ਨੂੰ ਛੁਪਾ ਨਹੀਂ ਨਾ ਸਕਦੇ ਪਿਛਲੀ ਵਾਰੀ 96 ਵਿੱਚ ਹੋਇਆ ਸੀ ਤਾਂ ਉਦੋਂ 23 ਬੂਥਾਂ ਦੇ ਵਿੱਚ ਹੋਰ ਕੋਈ ਕੈਂਪੇ ਨਾ ਸੀ ਲੱਗਾ ਸਿਰਫ ਅਤੇ ਸਿਰਫ ਹਾਥੀ 'ਤੇ ਲੱਗਾ ਸੀ ਐਤਕੀ ਮੈਂ ਸਮਝਦਾ ਵੀ ਜਿੱਦਾਂ ਦੇ ਹਾਲਾਤ ਬਣ ਗਏ ਅਸੀਂ ਮੀਟਿੰਗ ਕਰਦੇ ਉਹ ਕਾਨਫਰੰਸ ਬਣ ਜਾਂਦੀ ਆ ਇੰਨਾ ਉਤਸ਼ਾਹ ਇੱਕ ਦੂਜੇ ਨੂੰ ਚੈਲੇਂਜ ਕਰਦੇ ਵੀ ਮੈਂ ਤੈਨੂੰ ਵੱਧ ਇਕੱਠ ਕਰਦਾ ਰੋਲ ਪਿੰਡਾਂ ਦਾ ਕੋਈ ਨਹੀਂ ਦੂਸਰੇ ਤੋਂ ਪਿੰਡ ਤੋਂ ਦੂਸਰੇ ਪਿੰਡ ਕੋਈ ਨਹੀਂ ਜਾਂਦਾ ਤੂੰ ਮੈਂ ਕਹਿੰਦਾ ਵੀ ਐਤਕੀ ਤਾਂ ਵਾਕਿਆ ਹੀ ਨਜ਼ਾਰਾ ਆ ਗਿਆ ਕਿ ਸਾਨੂੰ ਕੈਂਡੀਡੇਟ ਵਧੀਆ ਮਿਲ ਗਿਆ ਗੱਠਜੋੜ 25 ਸਾਲਾਂ ਤੋਂ ਬਾਅਦ ਹੋਇਆ ਅਤੇ ਸਰਕਾਰ ਸਾਡੀ ਬਣ ਜਾ ਰਹੀ ਆ ਇਹ ਡਿਪਟੀ ਮੁੱਖ ਮੰਤਰੀ ਬਣਾ ਲੋਕ ਤਾਂ ਹੁਣ ਚਾਅ ਨਾਲੇ ਉਹ ਕਹਿੰਦੇ ਵੀ ਹੁਣ ਜਿਹੜੇ ਕੋਈ ਹੋਰ ਵੀ ਸੀ ਉਹ ਤਲਾ ਤੜ ਅੱਜ BJP ਦੇ ਬੰਦੇ ਜਿਹੜੇ ਪਹਿਲੇ ਪ੍ਰਧਾਨ ਰਹੇ ਆ ਉਹ ਸਾਡੇ 'ਚ ਸ਼ਾਮਲ ਹੋ ਗਏ ਹੋਰ ਸਾਰੀਆਂ ਪਾਰਟੀਆਂ ਦੇ ਸਾਨੂੰ ਤਾਂ ਸ਼ਾਮਲ ਕਰਨ ਦਾ ਸਮਾਂ ਨਹੀਂ ਮਿਲ ਰਿਹਾ ਪਰ ਇੰਨਾ ਉਤਸ਼ਾਹ ਇਹ ਪਹਿਲੀ ਵਾਰ ਦੇਖਿਆ ਕਿਉਂਕਿ ਸਾਡਾ ਜਿਹੜਾ ਮਤਲਬ ਪਿੰਡਾਂ ਦੇ ਲੋਕਾਂ 'ਚ ਕਰੰਟ ਹੈਗਾ ਪੂਰਾ ਕਰੰਟ ਛੱਡ ਗਏ ਜੀ ਐਤਕੀ ਤਾਂ ਆਪੇ ਤੋਂ ਬਾਹਰ ਹੋਏ ਫਿਰਦੇ ਸਾਨੂੰ ਕਹਿਣਾ ਨਹੀਂ ਪੈ ਰਿਹਾ ਮੀਟਿੰਗਾਂ ਆਪਣੇ ਆਪ ਰੱਖ ਰੱਖ ਕੇ ਤਾਂ ਸਾਨੂੰ ਦੱਸਦੇ ਵੀ ਆਹ ਮੀਟਿੰਗਾਂ 'ਚ ਸਾਡੇ ਆਓ ਸਾਡੇ ਆਓ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਦਾ ਕੀ ਰੋਲ ਆ ਸ਼ਹਿਰਾਂ ਦੇ ਵਿੱਚ ਤੁਸੀਂ ਲੱਗੇ ਹੋ ਸ਼ਹਿਰਾਂ 'ਚ ਬਹੁਤ ਉਤਸ਼ਾਹ ਵਾ ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ ਨੌਜਵਾਨ ਆਪ ਫੋਨ ਕਰ ਰਹੇ ਸਾਨੂੰ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰੋ ਅੱਜ ਅਸੀਂ ਤਕਰੀਬਨ 300-400 ਨੌਜਵਾਨਾਂ ਦੀ ਮੀਟਿੰਗ ਕੀਤੀ ਜਿਹੜੇ ਆਪ ਸ਼ਾਮਲ ਹੋਏ ਸਾਡੇ ਫਗਵਾੜੇ ਦੇ ਸ਼ਹਿਰ ਦੇ ਅਲੱਗ ਅਲੱਗ ਵਰਗਾਂ ਤੋਂ ਅਲੱਗ ਅਲੱਗ ਇਲਾਕਿਆਂ ਤੋਂ ਬਲਾਲੋ ਸਾਹਿਬ ਬੜਾ ਜ਼ੋਰਾਂ ਸ਼ੋਰਾਂ ਨਾਲ ਤੁਸੀਂ ਗੱਡੀ ਸਾਹਿਬ ਨਾਲ ਪਹਿਲੇ ਦਿਨ ਤੋਂ ਗੱਡੀ ਦੇ ਵਿੱਚ ਬੈਠੇ ਹੁੰਦੇ ਆ ਅਤੇ ਜਦੋਂ ਤੇਜ਼ ਹੁੰਦੇ ਆ ਤੁਸੀਂ ਖੁਸ਼ ਹੋ ਜਾਂਦੇ ਵੀ ਹੁਣ ਗੱਡੀ ਸਪੀਡ ਫੜੀ ਆ ਕਿੱਦਾਂ ਦਾ ਲੱਗਦਾ ਹਾਲਾਤ ਹੁਣ ਦੇਖੋ ਜੀ ਜਿਹੜੇ ਲੋਕਾਂ ਨੂੰ ਵਹਿਮ ਆ ਨਾ ਅੱਜ ਵੀ
उन्होंने पिछले इतिहास से याद मारनी चाहिए है। 96 कलार साहब ने दसिया भी असी 13 लोग सभा सीटों चो 11 सीटा गठजोड़ जीतिया। 2003 के बसपा श्रोमणी अकाली दल का ब्लॉक समझ जिला पिछले इलेक्शन समझौता होया और बड़ी मेजोरिटी असी इतों सीटा जित के कांग्रसी सरकार होंद ब्लॉक समिति का चेयरमैन असी अपना बनाया। जो भी इतिहास है अज जो विधानसभा समझौता होया विधानसभा अपनी सरकार बनाओगे फगवाड़े तो MLA गढ़ी नूं देना उम्मीदवार तो फगवाड़े तो पर देखते तो सारा पंजाब आ तुम भी दूरबीन दूर की रखी आ बई इतों बैठे सारा देख रहे हो कि पिक्चर सामने आ रही पंजाब की। बहुजन समाज पार्टी के वर्कर और लीडरशिप जिम्मेवार अहुदेदार इन्ने सिंसीयर ने उन्होंने मैं इस गल ही फ्री किया कि प्रधान जी फगवाड़ा जितया लैना असी थानू पंजाब जित के देंगे। और अज जो सनैरियो बनिया पंजाब का आम आदमी पार्टी देखो 2017 भी MLA जितते और उन्होंने 12 कबूतर उड़ गए 22 आँदे आँदे मित्रां दी छतरी तोड़ गई और बब्बू मान का गीत आम आदमी पार्टी चल रहा। 2014 उन्होंने 4 मैंबर पार्लीमेंट जितते 3 उड़ गए मित्रां दी छतरी तोड़ गई। अज 2022 आया इन्हां दी छतरी खाली सी केजरीवाल साहब की। यह कहिंदा सी मैं चंगा चेहरा मुख्यमंत्री देंगा मैं सरदार चेहरा देंगा दिता कि भगवंत मान और भगवंत मान बारे हरिंदर सिंह खालसा इन्हां दे नाल दा मैंबर पार्लीमेंट स्पीकर नूं चिट्ठी पाउंदा हुंदा सी कि स्पीकर साहब ये भगवंत मान की कुर्सी मेरे को चक लाओ ये दिने ही संगतरा पी के आ जाता ये दिने रस भरी पी के आ जाता हवाड़ा मारदा है। और अज ये हाल वा आम आदमी पार्टी का जिहड़ी वो छतरी इन्हां दी खाली औड़ी होवा वो छतरी बेचारा केजरीवाल फड़ के इदा आओ 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 आ फगवाड़े तो कांग्रेस का कबूतर चक लिया जोगिंदर सिंह मान आ बंगिया तो अकालिया का कबूतर चक लिया सरहाल सरहाल करके आ वह सरहाल है कसाप है मैनू पता नहीं। नवां शहर तो उन्होंने कांग्रेस का कबूतर चक लिया बल्लू पाठक सबका मेयर बलाचौर तो बीबी संतोष चौधरी कांग्रेस की सबका जिला परसन चक ली पूरे पंजाब 117 तक कैंडीडेट ने इन्हों को पूरे हुए। और जे आप भाजपा की गल करिए 700 सिबिया दे सिवे बाल के 700 पंजाबियों का सिवा बलिया फिर भाजपा ने लड्डू बंडे और ये दोए पार्टियां सत्ता चो बहर। कांग्रेस का हाल जो फगवाड़े च है कांग्रेस तो अज संगतरा बनी हुई है उपरों देखने जफ्फियां पाते हैं साढ़े वाला बेचारा MLA साहब भी ऐ करके खड़ जाता है ना हसदा आ ना बोलता आ मैनू समझ नहीं आती उस साह भी चलता कि नहीं चलता तो और बिचों फाड़िया ने और सारिया फाड़िया एक दूजे न लगिया हुई ने। कांग्रेस के बच्चे एक काटो कले ही बड़ा चलता राणा गुरजीत सिंह कहें 5-7 तो मैं टिकटा उलझा देनी कांग्रेस के अड़ा देने सीधा ऑन कॉर्ड कहें भी कहें ना तो भलत जितण देना ना मैं जितण देना है सुल्तानपुर लोधी बाबा हैनरी की भी गल करते फगवाड़े की भी गल करते उधरों आप डिंपा साहब की गल कर ली उन्होंने भरा भी चल गया श्रोमणी अकाली दल च वो कहता भी बाजे तो इधरों मैं भी बिया देने मतलब बड़े लीडर आ अपनी 8-10 सीटों से मार कर रहे हैं कि देखो राणा गुरजीत बड़ी पग वाला खड़ी मुछ वाला नर आदमी आ जदों उन्हू मिनिस्टरशिप तो बाहर किया कैप्टन अमरिंदर सिंह की सरकार ने उदों का वो चुप बैठा सी लेकिन जेडे कांग्रेस के इस जिले के 3-4 आगू आ चाहे वह धारीवाल जी आ चाहे वह सुल्तानप्रिया मुंडा आ चीमा जी चाहे वह खहरा आ पंजाब का ठेकेदार तो इन तिना ने जिस तरीके राणा जी का ये जलूस क्ढन लगे रेंदे आ देखो वो बंदा बजुर्ग आदमी आ कुछ उन्होंने उम्र का ख्याल रखना चाहिए बोलन लगे भी ख्याल नहीं करते तो वह कि चेर जर सकता सी। और असी तो शाबाशे दिने मानयोग राणा जी नूं बड़े निम्रता सहित शाबाशे दिने कि घट्टो घट कोई तो कांग्रेस च मर्द है जो अपनी पग लई लड़ रहे अपनी मुछ लई लड़ रहा और मैं उम्मीद है कि उन्होंने मुछ रिजल्टों तो बाद जरूर खड़ी मिलेगी सन क्योंकि हाईकमांड भी कहें भी कहें भी मैं तो इदा ही चलना भी सोनिया गांधी तुम देखो क्ढना कड़ दौ रखना रख दौ भी लड़ाई इदा ही खेडा नहीं। हाईकमांड कि जी कांग्रेस की रब वा हाईकमांड तो बसपा की रब वा श्रोमणी अकाली दल की रब है जिथे क्या होया सारा कुछ मनिया जाता। हुण राहुल गांधी जी ने 1.5 घंटा मीटिंग की सिद्धू नूं कई कुछ कहा भी चल मैं तेरा पप्पू ही सही तू मैनू पप्पू ही कह लिया कर तू मन जा वो बेचारा 2 घंटे ही मनिया है वह फिर चन्नी का विरोध कर लग पिया इदा ही वो पता नहीं अंदर 2-3 कि बाड़े से गए। इस करके कांग्रेस की हाईकमांड कि रब है जी बसपा की हाईकमांड रब है। सो ये सन बसपा पार्टी के उम्मीदवार सरदार जसबीर गढ़ी जिहड़े बड़े हैप्पी मूड के इलेक्शन लड़ते हैं बाकी उम्मीदवारों को फिकर पा रात को डेयरी से लिख लेंगे भी 100 बढ़ गई 100 घट गई पर यह तुम देख लो भी कि राणा गुरजीत की तारीफ जरूर की है भी कहते जो नर बंदे उन्होंने तारीफ करनी जरूर बनती हैगी। सो आ पिक्चर तुम देख सकते हैं विरोधियों अज करड़ा जवाब हैगा जेडे कहते अकाली दल के सब ठीक नहीं बसपा तो खिलरी पई है भी नतीजे तो आने उल्टे कई कहें अकालिया के हथ
हाथी दे नहीं लगने, वह भी कलार साहब ने जवाब देता। शहरां दे विच नौजवान पीढ़ी किदां जुड़ रही है, खुराना साहब ने दसता। बलालो साहब कहिंदे भी ऐतकी तां धूणा पट देंगे। हुण दिन 5-7 आ, लोकां च उत्साह हैगा, देखदे आ वी 20 फरवरी नूं किदां दीआं चीकां मशीनां ने निकलदीआं ते 10 मार्च नूं नाम ऐलान हो जाणा। इह तां फगवाड़ा दे लोकां ने भविख तय करना, 10 मार्च नूं सारा कुछ सामने आ जाणा। कैमरामैन सुखनंदन दे नाल हरदीप सिंह तगड़, सां टीवी फगवाड़ा। संतान प्राप्ति, कारोबार विच घाटा, विदेश यात्रा विच देरी, पति पत्नी विच कलेश, पढ़ाई विच मन ना लगना, प्रेम प्यार सिरे ना चढ़ना, कोर्ट कचहरियां दे चक्करां दी परेशानी तो मुक्ति लई पहुंचो मियां बशीर खान जी कोल। एक बार फोन जरूर करो, तुहाडा एक फोन बदल सकदा तुहाडी जिंदगी। प्यार विच धोखा खान वाले प्रेमी प्रेमिका भी एक बार जरूर संपर्क करन। हुण सुपने देखना छड्डो, ए सब मुसीबतां जां ख्वाहिशां नूं पूरा करन लई चुको कदम। फोन नंबर 9876800768।